ना कवला पिंड प्राणा बलड़ा की टेस्टमनी है थोड़ी मेरी टेस्टमनी ये भी जदों प्रभु विच चलन दे आ प्रभु दी बहुत ज्यादा कृपा वा ते रब दे दासा दा भी बहुत बहुत धन्यवाद वा और परमेश्वर दा धन्यवाद आ असि पहला तो घर बनाना चाहते सी ते साडा घर बहुत ज्यादा मतलब माड़ा सी इक्को ही कमरा हुंदा सी ते बहुत ज्यादा माड़ी हालत ही तही कहना प्रभु जी ताडा धन्यवाद तुसी नवा घर दो सिस्टर जी तुसी किन्ने टाइम तो अपना घर बनाना चाहते सी काफी टाइम हो गए 15-16 साल हो गए इक्को कमरे च गुजारा करते ही जो मीह पैंदा हुंदा सी ते छत भी चौंदी हुंदी सी हाँ जी ते प्रभु दा धन्यवाद जदों दे प्रभु विच चलन दे प्रभु ने नवा घर भी दिता मेरा घर वाला टेलर दा काम करदे सी ते बहुत ज्यादा सर्कल जिहड़ा सही नहीं चल रहा ते प्रभु नूं कहा प्रभु तुसी घर दो नवा इस तरह नहीं चलता हैगा ते जदों दे प्रभु दे विच चल रहे हां प्रभु ने घर भी दिता ते अज तक मेरे पति जिहड़े विदेश विच वा संता कोल जदों दे आए हां पास्टर सनवर मेजर कोल ते बहुत ज्यादा प्रभु ने कृपा की अज तक जो इन्होंने प्रार्थना की ते विदेश विच गए अज तक वापस नहीं जे आए 8 साल हो गए जे मैं प्रभु दा बहुत बहुत धन्यवाद करदी और प्रभु दे दासा दा भी धन्यवाद करदी हां उस तो बाद मेरा बेटा आ ਉਹਦਾ ਪਹਿਲੇ ਪਾਸਪੋਰਟ ਨਹੀਂ ਸੀ ਪਾਉਂਦਾ ਹੁੰਦਾ ਤੇ ਪ੍ਰਭੂ ਨੂੰ ਕਿਹਾ ਕਿ ਆਵਾਜ਼ ਕਰ ਦੋ ਮਾਈਕ ਦੀ ਦੋਨਾਂ ਮਾਈਕਾਂ ਦੀ ਆਵਾਜ਼ ਕਰ ਦੋ ਪ੍ਰਭੂ ਦੇ ਦਾਸਾਂ ਨੂੰ ਫਿਰ ਫੋਨ ਕੀਤਾ ਚਰਚ ਵੀ ਜਾਂਦੇ ਰਹੇ ਅਸੀਂ ਕਿਹਾ ਪ੍ਰਭੂ ਜੀ ਤੁਸੀਂ ਕਿਰਪਾ ਕਰੋ ਔਰ ਇਸ ਬੱਚੇ ਦਾ ਵੀ ਪਾਸਪੋਰਟ ਬਣੇ ਔਰ ਵਿਦੇਸ਼ ਵਿੱਚ ਜਾਵੇ ਸਾਰਾ ਦਿਨ ਫਿਰਦਾ ਰਹਿੰਦਾ ਆ ਤੇ ਸੰਤਾਂ ਕੋਲੋਂ ਵੀ ਪ੍ਰੇਅ ਕਰਾਈ ਔਰ ਸੰਤਾਂ ਨੇ ਵੀ ਪ੍ਰਾਰਥਨਾ ਕੀਤੀ ਤੇ ਪਾਸਪੋਰਟ ਵੀ ਬਣ ਗਿਆ ਮੈਂ ਕਿਹਾ ਸੰਤ ਜੀ ਜਲਦੀ ਇਹਨੂੰ ਵਿਦੇਸ਼ ਵਿੱਚ ਭੇਜਣਾ ਕਹਿੰਦੇ ਕੋਈ ਗੱਲ ਨਹੀਂ ਤੇ ਸੱਚ ਮੱਚ ਜੋ ਵੀ ਸੰਤ ਕਹਿੰਦੇ ਨੇ ਉਹ ਹੁੰਦਾ ਆ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਕਹਿ ਰਹੇ ਆ ਤੇ ਸੰਤ ਉਹਨਾਂ ਨੂੰ ਵੀ ਚੜਾ ਕੇ ਆਏ ਆ ਤੇ ਸਹੀ ਤੇ ਸਲਾਮਤ ਮੇਰਾ ਬੇਟਾ ਵੀ ਔਰ ਮੇਰਾ ਘਰ ਵਾਲਾ ਵੀ ਵਿਦੇਸ਼ ਵਿੱਚ ਆ ਮੈਂ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਕਰਦੀ ਜੋ ਕੁਝ ਮੰਗੀਦਾ ਪ੍ਰਭੂ ਹਾਜ਼ਰ ਕਰਦਾ ਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਸਿਸਟਰ ਜੀ ਕੀ ਪ੍ਰੋਬਲਮ ਆਉਂਦੀ ਸੀ ਤੁਹਾਡੇ ਬੱਚੇ ਦੇ ਜੋ ਵੀ ਬਾਹਰ ਜਾਣ ਦੇ ਵਿੱਚ ਉਹਦੇ ਬਾਹਰ ਜਾਣ ਵਿੱਚ ਕਦੀ ਤੇ ਕੋਈ ਪ੍ਰੂਫ ਗਲਤ ਹੋ ਜਾਂਦਾ ਸੀ ਤੇ ਕਦੀ ਕੋਈ ਡਾਕੂਮੈਂਟ ਕਹਿਣਾ ਵੀ ਇਹ ਗਲਤ ਵਾ ਕੋਈ ਤੇਰਾ ਨਾਮ ਗਲਤ ਵਾ ਤੇ ਪ੍ਰਭੂ ਦੇ ਦਾਸ ਕਹਿੰਦੇ ਸਾਰਾ ਕੁਝ ਸਹੀ ਹੋਊਗਾ ਤੇ ਕੋਈ ਗੱਲ ਨਹੀਂ ਤੁਸੀਂ ਪ੍ਰਭੂ ਦੀ ਹਜ਼ੂਰੀ ਵਿੱਚ ਕਿੰਨਾ ਟਾਈਮ ਹੋ ਗਿਆ ਤੁਹਾਡਾ ਬੇਟਾ ਬਾਹਰ ਚਲ ਗਿਆ ਉਹਨੂੰ ਹੋ ਗਿਆ ਜੀ 4 ਮਹੀਨੇ ਹੋ ਗਏ ਆ 6 ਮਹੀਨੇ ਗਏ ਕਿਹੜੀ ਕੰਟਰੀ ਗਿਆ ਉਹ ਮਲੇਸ਼ੀਆ ਗਿਆ ਆਪਣੇ ਪਾਪਾ ਤਾਰੀਫ ਕਰਾਂਗੇ ਜ਼ੋਰਦਾਰ ਤਾਲੀਆਂ ਦੇ ਨਾਲ ਇਹ ਜੀ ਵੀ ਗਵਾਹੀ ਦੇ ਲਈ ਪਰਮੇਸ਼ਰ ਦੀ ਇਹ ਸਿਸਟਰ ਨਾਮ ਕਵਲ ਆ ਔਰ ਇਹ ਪਿੰਡ ਬੱਲੜਵਾਲ ਦੇ ਰਹਿਣ ਵਾਲੇ ਇਹਨਾਂ ਦੀ ਟੈਸਟਮਨੀ ਇਹਨਾਂ ਦੀ ਫਾਈਨੈਂਸ਼ੀਅਲ ਬਲੇਸਿੰਗ ਦੀ ਆ ਇਹਨਾਂ ਦੀ ਟੈਸਟਮਨੀ ਹੈ ਕਿ ਜਦੋਂ ਦੀ ਵੀ ਇਹਨਾਂ ਦੀ ਮੈਰਿਜ ਹੋਈ ਸੀ ਇਹ ਕੱਚੇ ਘਰ ਦੇ ਵਿੱਚ ਰਹਿ ਰਹੇ ਸੀ ਜਸਟ ਇਹਨਾਂ ਦੇ ਕੋਲੋਂ ਇੱਕ ਹੀ ਰੂਮ ਹੁੰਦਾ ਸੀ ਜਿਸ ਦੇ ਕਾਰਨ ਸਿਸਟਰ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦੇ ਸੀ ਇਹਨਾਂ ਦੇ ਜਿਹੜੇ ਹਸਬੰਡ ਉਹ ਸਟਿਚਿੰਗ ਦਾ ਕੰਮ ਕਰਦੇ ਸੀ ਔਰ ਕਾਫੀ ਜ਼ਿਆਦਾ ਫਾਈਨੈਂਸ਼ੀਅਲ ਕੰਡੀਸ਼ਨ ਇਹਨਾਂ ਦੀ ਖਰਾਬ ਸੀਗੀ ਔਰ ਇਹ ਫਿਰ ਚਰਚ ਦੇ ਨਾਲ ਜੁੜੇ ਸਰਵਨ ਮੇਜਰ ਮਿਨਿਸਟਰੀ ਦੇ ਨਾਲ ਜੁੜੇ ਇਹਨਾਂ ਨੇ ਲਗਾਤਾਰ ਚਰਚ ਹੋਣਾ ਸ਼ੁਰੂ ਕੀਤਾ ਔਰ ਸਿਸਟਰ ਜੀ ਜਦੋਂ ਤੁਸੀਂ ਚਰਚ ਹੋਣਾ ਸ਼ੁਰੂ ਕੀਤਾ ਤੁਸੀਂ ਆਪਣਾ ਬੀਜ ਬੋਣਾ ਸ਼ੁਰੂ ਕੀਤਾ ਤਾਇਤ ਕੱਢਣਾ ਯਾਨੀ ਕਿ ਦਸਵੰਧ ਕੱਢਣਾ ਸ਼ੁਰੂ ਕੀਤਾ ਤੁਸੀਂ ਹਾਂਜੀ ਹਾਂਜੀ ਦਸਵੰਧ ਵੀ ਕੱਢਣਾ ਸ਼ੁਰੂ ਕੀਤਾ ਹਰ ਇੱਕ ਸੇਵਾ ਵਿੱਚ ਨਾਲ ਵਾ ਹਾਂਜੀ ਤੇ ਪ੍ਰਭੂ ਦਾ ਬਹੁਤ ਇਹਨਾਂ ਦੀ ਟੈਸਟਮਨੀ ਫਾਈਨੈਂਸ਼ੀਅਲ ਬਲੇਸਿੰਗ ਦੀ ਇਹਨਾਂ ਨੇ ਆਪਣਾ ਬੀਜ ਬੋਣਾ ਲਗਾਤਾਰ ਸ਼ੁਰੂ ਕੀਤਾ ਕਿਉਂਕਿ ਜਿਸ ਤਰ੍ਹਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਕਿ ਆਪਣੀ ਦਸਵੰਧ ਲੈ ਕੇ ਆਓ ਤੇ ਮੈਨੂੰ ਪਰਤਾ ਕੇ ਵੇਖੋ ਕਿ ਮੈਂ ਆਕਾਸ਼ ਦੀਆਂ ਖਿੜਕੀਆਂ ਖੋਲ ਕੇ ਤੁਹਾਨੂੰ ਬਰਕਤ ਦਿੰਦਾ ਵਾ ਕਿ ਨਹੀਂ ਦਿੰਦਾ ਆਮੇਨ ਸੇਮ ਸਿਸਟਰ ਨੇ ਜੋ ਵਰਡ ਆਫ ਗੋਡ ਆ ਪਰਮੇਸ਼ਰ ਦਾ ਲਿਖਿਤ ਵਚਨ ਉਹਨੂੰ ਪੂਰਾ ਕੀਤਾ ਲਗਾਤਾਰ ਚਰਚਣਾ ਸ਼ੁਰੂ ਕੀਤਾ ਆਪਣਾ ਦਸਵੰਧ ਕੱਢਣਾ ਸ਼ੁਰੂ ਕੀਤਾ ਬੀਜ ਨੂੰ ਐਕਸਟਰਾ ਬੀਜ ਵੀ ਇਹਨਾਂ ਨੇ ਬੋਣਾ ਸ਼ੁਰੂ ਕੀਤਾ ਔਰ ਪਰਮੇਸ਼ਰ ਨੇ ਇਹਨਾਂ ਨੂੰ ਹਾਊਸ ਦੇ ਨਾਲ ਨਿਊ ਹਾਊਸ ਦੇ ਨਾਲ ਨਵੇਂ ਘਰ ਦੇ ਨਾਲ ਬਲੇਸ ਕੀਤਾ ਔਰ ਸੈਕਿੰਡ ਟੈਸਟਮਨੀ ਇਹਨਾਂ ਦੀ ਵੀਜ਼ਾ ਬਲੇਸਿੰਗ ਦੀ ਇਹਨਾਂ ਦੇ ਬੇਟੇ ਦੀ ਟੈਸਟਮਨੀ ਆ ਇਹਨਾਂ ਦਾ ਬੇਟਾ ਬਾਹਰ ਹੀ ਆਪਣੇ ਬੇਟੇ ਨੂੰ ਭੇਜਣਾ ਚਾਹੁੰਦੀ ਸੀਗੀ ਕਿ ਇਹਨਾਂ ਦਾ ਬੇਟਾ ਇੰਡੀਆ ਦੇ ਵਿੱਚ ਸੀਗਾ ਤੇ ਉਹ ਕਾਫੀ ਜ਼ਿਆਦਾ ਬਰਫੇਦਾ ਫੁਰਦਾ ਰਹਿੰਦਾ ਸੀ ਬਟ ਪੇਰੈਂਟਸ ਇਦਾਂ ਕਦੀ ਵੀ ਨਹੀਂ ਚਾਹੁੰਦੇ ਕਿ ਉਹਨਾਂ ਦੇ ਬੇਟੇ ਜਾਂ ਬੇਟੀਆਂ ਇਦਾਂ ਫਿਰਨ ਉਹ ਹਮੇਸ਼ਾ ਚਾਹੁੰਦੇ ਆ ਕਿ ਉਹ ਇੱਕ ਸਕਸੈਸ ਲਾਈਫ ਨੂੰ ਜੀਣ ਔਰ ਸੇਮ ਸਿਸਟਰ ਵੀ ਚਾਹੁੰਦੇ ਸੀ ਔਰ ਸਿਸਟਰ ਨੇ ਪਰਮੇਸ਼ਰ ਦੇ ਦਾਸ ਦੇ ਕੋਲੋਂ ਪ੍ਰੇਅਰ ਕਰਵਾਈ ਬਟ ਉਹਨਾਂ ਦਾ ਜਿਹੜਾ ਪਾਸਪੋਰਟ ਬਣਨ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਸੀ ਕਈ ਵਾਰੀ ਕੋਚ ਕਹਿੰਦਾ ਹੈ ਕਿ ਕਦੀ ਕੋਈ ਡਾਕੂਮੈਂਟ ਗਲਤ ਹੋ ਜਾਂਦਾ ਸੀ ਕਦੀ ਕੋਈ ਬਟ ਜਦੋਂ ਪਰਮੇਸ਼ਰ ਦੇ ਦਾਸ ਦੇ ਕੋਲੋਂ ਪ੍ਰੇਅਰ ਕਰਵਾਈ ਔਰ ਸਿਸਟਰ ਜੀ ਪਰਮੇਸ਼ਰ ਦੇ ਦਾਸ ਦੇ ਕੋਲੋਂ ਜਦੋਂ ਤੁਸੀਂ ਪ੍ਰੇਅਰ ਕਰਵਾਉਣ ਗਏ ਸੀ ਤੇ ਪਰਮੇਸ਼ਰ ਦੇ ਦਾਸ ਨੇ ਤੁਹਾਨੂੰ ਕੀ ਬੋਲਿਆ ਸੀ ਕਹਿੰਦੇ ਕੋਈ ਨਹੀਂ ਹੁਣ ਦੁਬਾਰਾ ਅਪਲਾਈ ਕਰੋ ਹੋ ਜਾਏਗਾ ਤੇ ਸੱਚਮੁੱਚ ਜਦੋਂ ਪਰਮੇਸ਼ਰ ਦੇ ਦਾਸ ਨੇ ਇਹਨਾਂ ਨੂੰ ਵਰਡ ਦਿੱਤੇ ਕਿ ਡੋਨਟ ਵਰੀ ਸਿਸਟਰ ਤੁਸੀਂ ਦੁਬਾਰਾ ਤੋਂ ਫਿਰ ਤੋਂ ਅਪਲਾਈ ਕਰੋ ਟਰਾਈ ਕਰੋ ਤੁਹਾਡਾ ਸਾਰਾ ਕੰਮ ਸਕਸੈਸ ਆ ਔਰ ਸੇਮ ਸਿਸਟਰ ਨੇ ਵਰਡਸ ਨੂੰ ਆਪਣੀ ਲਾਈਫ ਦੇ ਵਿੱਚ ਰਿਸੀਵ ਕੀਤਾ ਔਰ ਜਦੋਂ ਸਿਸਟਰ ਨੇ ਆਪਣੀ ਲਾਈਫ ਦੇ ਵਿੱਚ ਇਹਨਾਂ ਵਰਡਸ ਨੂੰ ਰਿਸੀਵ ਕੀਤਾ ਤੇ ਅੱਜ ਸਿਸਟਰ ਦਾ ਜਿਹੜਾ ਬੇਟਾ ਉਹ ਫੋਰਨ ਦੇ ਵਿੱਚ ਜਾ ਚੁੱਕਿਆ ਮਲੇਸ਼ੀਆ ਦੇ ਵਿੱਚ ਜਾ ਚੁੱਕਿਆ 4 ਮੰਥ ਹੋ ਚੁੱਕੇ ਬਿਲਕੁਲ ਸਹੀ ਸਲਾਮਤ ਤੇ ਕੰਮ ਤੇ ਲੱਗ ਚੁੱਕਿਆ ਵਾ ਤਾਰੀਫ ਕਰਾਂਗੇ ਜ਼ੋਰਦਾਰ